ਬੱਲੇ ਮੰਡੀ ਦੇ ਵਿੱਚ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ, ਤੁਸੀਂ ਕੀ ਕਹਿਣਾ? ਹਾਂਜੀ, ਇਸ ਵਿੱਚ ਇਹ ਹੈ ਕਿ ਇੱਕ ਲੇਡੀ ਗੁਰਪ੍ਰੀਤ ਕੌਰ, ਵਾਈਫ ਆਫ ਰਿਸ਼ਪਾਲ ਸਿੰਘ ਵਾਸੀ ਨਾਗਖੁਰਦ, ਜਿਹਦਾ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ, ਜਿਸ ਸੰਬੰਧ ਵਿੱਚ ਉਹਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ, ਪਹੁੰਚ ਰਹੇ ਨੇ। ਜਿਹੜੀ ਵੀ ਕਾਰਵਾਈ ਹੋਏਗੀ ਉਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਸਰ, ਪੁਲਿਸ ਨੂੰ ਇਸ ਦੀ ਸੂਚਨਾ ਕਦੋਂ ਮਿਲੀ ਅਤੇ ਕਿਸ ਹਥਿਆਰ ਦੇ ਨਾਲ ਇਸ ਲੇਡੀਜ਼ ਦਾ ਕਤਲ ਕੀਤਾ? ਦੇਖੋ, ਸਾਨੂੰ ਸੂਚਨਾ ਜਿਹੜੀ ਸੀ ਮਤਲਬ ਕਿ ਕਰੀਬ 8 ਵਜੇ ਦੇ ਦਰਮਿਆਨ ਜਿਹੜੀ ਸੀ ਉਹਨਾਂ ਨੇ ਮਿਲੀ ਸੀ। ਅਤੇ ਹਥਿਆਰਾਂ ਦੇ ਮਾਮਲੇ 'ਚ ਥੋੜ੍ਹਾ ਜਿਹਾ ਕਰਦਾਂ ਦੇ ਨਾਲ ਫਿਲਹਾਲ ਜੋ ਮਾਮਲਾ ਸਾਹਮਣੇ ਆ ਰਿਹਾ ਵੀ ਸ਼ਾਇਦ ਕਰਦਾਂ ਦੇ ਨਾਲ ਜਿਹੜਾ ਵਾ ਇਹਨਾਂ ਦਾ ਕਤਲ ਹੋਇਆ। ਅਤੇ ਸਰ, ਇਹ ਚਾਕੂ ਕਰਦਾਂ ਦੇ ਨਾਲ ਇਹ ਕੋਈ ਨਸ਼ਾ ਵਗੈਰਾ ਵੀ ਲੇਡੀਜ਼ ਕਰਦੀ ਸੀ? ਮੇਰੀ ਤਸਦੀਕ ਦਰਮਿਆਨ ਨਹੀਂ ਆਇਆ, ਲੇਕਿਨ ਉਹਦੀ ਮਾਂ ਕੁਛ ਕਹਿ ਰਹੀ ਹੈ ਕਿ ਇਹ ਨਸ਼ੇ ਨੁਸ਼ੇ ਕਰਨ ਦੀ ਆਦੀ। ਸਰ, ਇਹ ਵੀ ਪਤਾ ਲੱਗ ਰਿਹਾ ਬਾਹਰੋਂ ਸੁਣਨ 'ਚ ਆ ਰਿਹਾ ਕਿ ਇਸ ਲੇਡੀ 'ਤੇ ਪਰਚੇ ਵੀ ਹੈਗੇ ਸੀ ਦਰਬਾਰ ਸਾਹਿਬ ਤੋਂ। ਇਹਦੇ ਬਾਰੇ ਮੈਂ ਤਸਦੀਕ ਕਰ ਰਿਹਾ, ਇਹਦੇ ਬਾਰੇ ਤਸਦੀਕ ਅਜੇ ਨਹੀਂ ਆਈ। ਅਜੇ ਤਾਂ ਮੈਂ ਆਪਣੀ ਇਹ ਕਤਲ ਦੀ ਤਸਦੀਕ ਕਰ ਰਿਹਾ, ਉਹਨਾਂ ਦੇ ਆਪਣੇ ਪਤੀ ਦੀ ਵੇਟ ਕੀਤੀ ਜਾ ਰਹੀ ਆ, ਉਹਦੀ ਹੋਣ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਆ ਮਤਲਬ ਚੱਲੇ। ਅਤੇ ਸਰ, ਕਿੰਨੇ ਕੁ ਵਾਰ ਹੋਏ ਨੇ ਇਸ ਲੇਡੀ ਦੇ, ਕੋਈ ਪਤਾ ਲੱਗਿਆ? ਦੇਖੋ, ਫਿਲਹਾਲ ਸਾਹਮਣੇ ਜਿਹੜੇ ਆ ਉਹ 3-4 ਵਾਰ ਜਿਹੜੇ ਆ ਸਾਹਮਣੇ ਆ ਰਹੇ ਆ, ਉਹਨਾਂ ਦੇ ਸਿਰ ਦੇ ਵਿੱਚ ਅਤੇ ਇੱਕ ਗੱਲ ਦੇ ਉੱਤੇ ਉਹ ਸਾਹਮਣੇ ਨਜ਼ਰ ਆ ਰਿਹਾ, ਬਾਕੀ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇ। ਘਰਵਾਲੀ ਬਣਾਇਆ ਹੋਇਆ ਸੀ, ਇਹਨਾਂ ਦਾ ਡੈਡੀ ਮਰੇ ਨੂੰ ਅੱਜ 14 ਸਾਲ ਹੋ ਗਏ। ਬਹੁਤ ਮੀਟਰ ਪਾਲਿਆ ਸੀ ਮੈਂ, ਮੈਨੂੰ ਮਜੀਠੀਆ ਸਾਹਿਬ ਨੇ ਲਵਾਇਆ ਸੀ ਦਰਬਾਰ ਸਾਹਿਬ, ਉੱਥੋਂ ਮੈਂ ਕਰ ਕਰਕੇ ਇਹਨਾਂ ਨੂੰ ਪਾਲਿਆ। ਇਹ ਕੰਮ 'ਤੇ ਲੱਗੇ ਸੀ, ਉੱਥੇ ਨਸ਼ਾ ਲੱਗ ਗਿਆ, ਨਸ਼ੇ ਦੇ ਕਾਰਨ ਵਿੱਚ ਹੌਲੀ 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 ਨਸ਼ਾ ਵੱਧ ਗਿਆ, ਵੱਧ ਕੇ ਵਿੱਚ ਇਹ ਹੁਣ ਚਲੋ ਨਸ਼ਾ ਘਟਿਆ ਹੀ, ਗੋਲੀ ਫੱਟਾ ਖਾਂਦੇ ਹੀ ਘਰ ਦਾ ਚਲਾਉਂਦੇ। ਇਹਦੀ 14 ਸਾਲ ਦੀ ਬੇਟੀ ਆ, 10 ਸਾਲ ਦਾ ਬੇਟਾ ਵਾ। ਦੂਜੀ ਗੱਲ, ਇਹ ਘਰ ਵਾਲਾ ਤਾਂ ਟੈਂਪੂ ਚਲਾਉਂਦਾ ਹੀ, ਲਿਆ ਕੇ ਜਿੰਨੇ ਹੁੰਦੇ ਖਾ ਛੱਡਦਾ। ਨਸ਼ਾ ਇਹਨਾਂ ਨੂੰ ਕੁਵਾਰੇਪਨ ਦੇ ਵਿੱਚ ਹੀ ਲੱਗਾ ਜਾਂ ਵਿਆਹ ਤੋਂ ਬਾਅਦ? ਨਹੀਂ ਨਹੀਂ ਵਿਆਹ ਤੋਂ ਬਾਅਦ, ਕੁਵਾਰੇ 'ਚ ਨਹੀਂ ਲੱਗਾ, ਵਿਆਹ ਤੋਂ ਬਾਅਦ। ਹਾਂ, ਬੇਟੀ ਬੇਟਾ ਸੀ, ਮਗਰ ਵਿਆਹ ਤੋਂ ਬਾਅਦ ਕਿਸ ਤਰ੍ਹਾਂ ਕਿਉਂ ਨਸ਼ਾ ਕਰਨ ਲੱਗ ਪਏ? ਕਿ ਇਹਨਾਂ ਨੇ ਮੈਨੂੰ ਕਾਰਨ, ਮੈਂ ਘਰ ਵਾਲੀ ਬਣਾਇਆ ਅਤੇ ਪੁੱਤ ਵਿਆਹ ਦੀ ਨਾ, ਮਗਰ ਉਹਦਾ ਰਾਜੀ ਬਾਜੀ ਦਾ ਪਤਾ ਹੋ ਗਈ ਸੀ ਇਹਨਾਂ ਨੂੰ ਨਸ਼ਾ ਕਰਨ। ਕਹਿੰਦੇ 6 ਸਾਲ ਹੋ ਗਏ, 6 ਸਾਲ ਹੋ ਗਏ ਸੀ, ਹੁਣ ਬਹੁਤ ਘੱਟ ਗਏ। ਇਹ ਬੱਲੇ ਦੇ ਵਿੱਚ ਕੀ ਕਰਨਾ ਹੈ? ਇਹ ਇਹਨਾਂ ਮੈਨੂੰ ਨਹੀਂ ਪਤਾ ਕੀ ਕਰਨਾ ਹੈ, ਮੈਨੂੰ ਉੱਥੇ ਪੁਲਿਸ ਲਿਆਈ ਆ ਜਾ ਕੇ। ਜਗ੍ਹਾ ਤੇ ਵਿਆਹ ਸੀ ਇਹਨਾਂ? ਨਾਕਲਾ। ਕੀ ਘਰ ਵਾਲੇ ਦਾ ਨਾਮ ਕੀ ਸੀ ਇਹਨਾਂ? ਜਸਪਾਲ ਸਿੰਘ। ਉਹ ਕੀ ਕਰਦੇ ਨੇ? ਉਹ ਗ੍ਰੇੜਾ ਚਲਾਉਂਦੇ, ਆਟੋ ਵੀ ਆ। ਕਾਹਦਾ ਨਸ਼ਾ ਕਰਦੇ ਸੀ ਇਹ? ਜੇ ਨਸ਼ਾ ਉਹ ਕਰਦੇ ਸਮੈਕ ਦਾ ਹੀ, ਸਮੈਕ ਦਾ ਹੀ, ਚਿੱਟੇ ਦਾ ਵੀ ਨਸ਼ਾ ਕਰਦੇ, ਚਿੱਟੇ ਦਾ ਵੀ ਨਸ਼ਾ। ਹੁਣ ਮੈਨੂੰ ਇੰਨਾ ਨਹੀਂ ਪਤਾ ਚਿੱਟਾ ਕਿ ਸਮੈਕ ਕੀ ਹੁੰਦਾ, ਹੁਣ ਗੋਲੀ ਖਾਂਦੇ ਆ ਹਸਪਤਾਲ ਦੀ। ਇਹਨਾਂ ਤੇ ਕੋਈ ਚੋਰੀ ਵਗੈਰਾ ਦੇ? ਹਾਂਜੀ ਹਾਂਜੀ ਹਾਂਜੀ, ਲੱਗੇ ਨੇ 2 ਦਿਨ। ਕਿਹੜੀ ਜਗ੍ਹਾ ਤੇ ਚੋਰੀਆਂ ਕਰਦੇ ਸੀ? ਇਹ ਦਰਬਾਰ ਸਾਹਿਬ ਦੇ ਵਿੱਚ ਚੋਰੀਆਂ ਕਰਦੇ ਸੀ। ਕਿੰਨੇ ਕੁ ਪਰਚੇ ਇਹਨਾਂ ਦੇ ਦਰਜ ਨੇ? ਇਹ ਪਰਚੇ ਦਾ ਨਹੀਂ ਮੈਨੂੰ ਪਤਾ ਕਿੰਨੇ ਆ, ਪਰ ਕਰਦੇ ਹੈਗੇ ਤੇ ਕਰਕੇ ਤੇ ਆਪਣਾ ਟਾਈਮ ਪਾਸ ਕਰਦੀ। ਤੇ ਇਸ ਕਤਲ ਦਾ ਤੁਹਾਨੂੰ ਹਜੇ ਤੱਕ ਪਤਾ ਲੱਗਿਆ? ਨਹੀਂ, ਕੋਈ ਪਤਾ ਨਹੀਂ ਲੱਗਾ, ਪਤਾ ਲਗਾਉਣਾ ਚਾਹੀਦਾ ਤੇ ਸਰਕਾਰ ਕਾਹਦੀ ਜੇ ਕਤਲ ਦਾ, ਜਿਹਦਾ ਸਿਰ ਪਾੜਿਆ, ਛੁਰੀਆਂ ਮਾਰੀਆਂ, ਏਦਾਂ ਵੱਡਾ ਧੋਖਾ ਕੀਤਾ, ਬੱਚੇ ਰੁਲ ਗਏ, ਮਾਂ ਪਿਓ ਰੁਲ ਗਿਆ, ਇੱਥੇ ਇਜ਼ਤ ਰੁਲ ਗਈ, ਤੇ ਫਿਰ ਸਰਕਾਰ ਦਾ ਕੀ ਜ਼ਿਆਦਾ ਪਤਾ ਨਾ ਲੱਗਾ। ਇੱਕ ਬੇਟੀ ਇੱਕ ਬੇਟਾ। ਕਿੰਨੇ ਸਾਲ ਦੇ ਨੇ ਦੋਵੇਂ ਬੱਚੇ? ਹਾਂ, 10 ਸਾਲ ਦਾ ਬੇਟਾ, 13 ਸਾਲ ਦੀ ਬੇਟੀ। ਪੰਜਾਬ ਦੇ ਵਿੱਚ ਨਸ਼ਿਆਂ ਨੇ ਜਵਾਨੀ ਨੂੰ ਰੋਲ ਛੱਡਿਆ, ਕੁੱਟੀਆਂ ਮੈਂ ਇੱਥੇ ਥੋੜ੍ਹੀ ਆ ਕੋਈ ਇਸ 'ਤੇ ਆਉਣ, ਇੱਕ ਇੱਥੇ ਰੋਲ ਗਈ, ਦੂਜੀ ਉੱਥੇ ਰੋਲ ਦੇਣਾ ਹੈਗੇ ਕੋਈ? ਕੀ ਪ੍ਰਸ਼ਾਸਨ ਅੱਗੇ ਮੰਗ ਕਰਦੇ ਸਰਕਾਰਾਂ ਦੇ? ਸਰਕਾਰ ਗਾੜੀ ਮੰਗ ਕਰਦੇ ਆ ਵੀ ਜਿਸ ਤਰ੍ਹਾਂ ਇਹ ਮਾਰੀ ਆ, ਇਹਦਾ ਪਤਾ ਲਗਾਉਣਾ ਚਾਹੀਦਾ, ਅਤੇ ਗਾੜੀ ਉਹਦਾ ਬੇਟਾ ਬੇਟੀ ਉਹਦਾ ਸੋਚਣਾ ਚਾਹੀਦਾ। ਮੈਂ ਸੋਚਣ ਜੋਗੀ ਨਹੀਂ ਹਾਂ ਕਿ ਮੈਂ ਵਿਧਵਾ ਵਾਂ, ਮੈਂ ਮਾਂ ਬਣਦੇ ਆ, ਇਹਦੀ ਇਹ ਸੋਚਣਾ ਪਈ ਆ ਮਾਰੀ ਕਿੰਨੀ।